ਕੁੱਤੇ ਦੇ ਐਨਕਾਂ ਲਾ ਕੇ ਪੁੱਠਾ ਲਟਕਾ ਦੂ, ਮਤਲਬ ਕਈ 100 ਮਿਲੀਅਨ ਹੋ ਜਾਂਦਾ, ਉਹ ਨਹੀਂ ਮਾਣੇ ਰੱਖਦਾ। ਮਸ਼ਹੂਰੀ ਕਿਸ ਤਰ੍ਹਾਂ ਦੀ ਹੈ? ਪਾਤਰ ਸਾਹਿਬ ਵੀ ਮਸ਼ਹੂਰ ਹੈ, ਬਟ ਉਹਨਾਂ ਨੂੰ ਦੇਖਣ ਵਾਲਾ 70,000 1,00,000 ਉਹਨਾਂ ਦੇ ਪੇਜ 'ਤੇ, ਕਿਮ ਕਾਰਡਾਸ਼ੀਅਨ ਨੂੰ ਕਰੋੜਾਂ ਦੇਖਦੇ ਹਾਂ। ਬਟ ਮਸ਼ਹੂਰੀ ਦਾ ਨਜ਼ਰੀਆ ਕੀ ਹੈ, ਕਿਸ ਤਰ੍ਹਾਂ ਨਾਲ ਮਸ਼ਹੂਰ ਹੋ? ਸਰ, ਦੋ ਤਰ੍ਹਾਂ ਦੀ ਦੁਨੀਆ, ਇੱਕ ਤਾਂ ਇੰਟਰਨੈਟ 'ਤੇ ਬੱਕਰੀਆਂ ਵਾਲੀ ਦੁਨੀਆ, ਜਿਹੜੇ ਇਹਦੇ 'ਤੇ ਬੈਠਦਾ ਉਹਨਾਂ ਨੂੰ ਲੱਗਦਾ ਇਹ ਹਕੀਕਤ ਹੈ, ਇਹ ਨਹੀਂ ਹੁੰਦੀ ਹਕੀਕਤ, ਹੋਰ ਹੁੰਦੀ। ਉਹ ਜੋ ਤੁਸੀਂ ਨੰਗੇ ਪੈਰ ਤੁਰਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਰੇਤਾ ਤੱਤਾ ਕਿ ਠੰਡਾ, ਨਹੀਂ ਉਹ ਬੰਦੇ ਹੀ ਨਹੀਂ ਹੁੰਦੇ, ਉਹ ਚੈੱਕ ਕਰਨਾ ਪੈਣਾ ਕੀ ਆ। ਇੱਦਾਂ ਕੁਛ ਨਹੀਂ ਹੁੰਦਾ, ਇਹ ਤਾਂ ਬਲਬਲ ਹੈ। ਇਹ ਨਾ ਸਿਰਫ ਕੀ ਹੁੰਦਾ ਨਾ, ਜਿਹੜਾ ਸਮਾਜਿਕ ਮੀਡੀਆ ਇਹਦੇ 'ਚ ਲੋਕਾਂ ਨੂੰ ਨਾ ਕੋਈ ਮੁੱਦਾ ਚਾਹੀਦਾ, ਬਹਿਸ ਵਾਲਾ, ਜਿਹਦੇ 'ਤੇ ਕਲਿੱਕਾਂ ਵੱਧ ਹੁੰਦੀਆਂ, ਉਹਨਾਂ ਦੀ ਰੋਟੀ ਚੱਲਦੀ ਹੈ, ਸਿਰਫ ਉਹ ਗੱਲ ਕੁਛ ਨਹੀਂ ਹੁੰਦੀ। ਬਟ ਇਹ ਆਊਟਡੇਟਡ ਹੋ ਜਾਣਾ, ਦੇਖੋ ਤੁਸੀਂ ਸਾਲ ਵੱਧ ਤੋਂ ਵੱਧ ਸਾਲ ਕੱਢੂਗਾ, ਇਹ ਬਹਿਸਬਾਜ਼ੀ ਦਾ ਬੇਸ਼ੱਕ ਖਤਮ ਹੋ ਜੂਗਾ, ਕਿਉਂਕਿ ਜਿਵੇਂ ਜਿਵੇਂ ਵਰਚੁਅਲ ਰਿਐਲਿਟੀ ਦੇ ਹਿਸਾਬ ਨਾਲ ਜਿਵੇਂ ਜਿਵੇਂ ਚੱਲੀ ਜਾਂਦਾ ਨਾ, ਸਿਸਟਮ ਬਦਲੀ ਜਾਣਾ। ਮੈਂ ਕੋਈ ਕਹੂੰਗਾ ਫਿਰ ਉਹਨਾਂ ਨੇ ਫਿਰ ਪੁੱਠਾ ਚੱਲਣ ਆ ਜਾਣਾ, ਫਿਰ ਉਹਨਾਂ ਨੇ ਕਹਿਣਾ ਇਹ ਇੱਦਾਂ ਕਹਿਣਾ। ਪਰ ਸਾਡੇ ਪੰਜਾਬ 'ਚ ਅੱਛੇ ਮੁੰਡੇ ਹੈਗੇ ਆ, ਜੇ ਤੁਸੀਂ ਤੱਥਾਂ ਦੀ ਗੱਲ ਕਰਦੇ ਆ ਨਾ, ਹੁਣ ਤੱਥਾਂ ਮੈਂ ਵਾਰਸ ਸਾਹਿਬ ਦੀ ਹੀਰ ਕਈ ਵਾਰੀ ਪੜ੍ਹੀ ਆ, ਉਹਦੇ 'ਚ ਕਿਤੇ ਕਿਤੇ ਤਾਂ ਕਾਸਟਿਜ਼ਮ ਬਾਰੇ ਮਤਲਬ ਇਸ ਤਰ੍ਹਾਂ ਲਿਖਿਆ ਹੋਇਆ ਵੀ ਜੇ ਤੁਸੀਂ ਕਿਤੇ ਉਹਨੂੰ ਤੁਸੀਂ ਆਪਦੇ ਰੇਡੀਓ 'ਤੇ ਪੜ੍ਹ ਦਿਓ, ਤੁਹਾਡੇ ਤੋਂ ਬਦਲ ਪੜ੍ਹ ਕੇ ਰੱਖ ਦੇਣਗੇ ਲੋਕ ਤੁਹਾਨੂੰ। ਸਰ, ਜਦ ਤੁਸੀਂ ਇੱਥੋਂ ਨਾ ਸਾਫ਼ ਮੌਸਮ 'ਚ ਇੱਕ ਫੋਟੋ ਖਿੱਚਦੇ ਹੋ ਹਾਰਬਰ 'ਤੇ ਖੜ੍ਹ ਕੇ, ਅਤੇ ਪਿੱਛੇ ਖੂਬਸੂਰਤ ਲਾਈਟਿੰਗ ਹੁੰਦੀ ਹੈ, ਰੰਗ ਆਪਣਾ ਉੱਥੇ ਨਾਲ ਜ਼ਿਆਦਾ ਸਫੇਦ ਹੋ ਜਾਂਦਾ, ਥੋੜ੍ਹਾ ਜਿਹਾ ਲਾਲ ਵੀ ਹੋ ਜਾਂਦਾ, ਫਰੂਟ ਫਰਾਟ ਅੱਛਾ ਦੇ, ਤਾਂ ਫਿਰ ਉੱਥੇ ਵਾਲਾ ਜਵਾਕ ਵੀ ਉਹਦੇ ਹੁੱਜ ਪੈਂਦੇ ਵੀ ਮੈਂ ਵੀ ਐਂ ਜਾਣਾ ਚਾਚੇ ਨੂੰ। ਇਹ ਡੈਮੋਕ੍ਰੇਸੀ ਕਿਤੇ ਕਿਤੇ ਸੁਖਰਾਤ ਸਾਹਿਬ ਨੇ ਇਹਦਾ ਵਿਰੋਧ ਕਰਿਆ ਸੀ। ਅੱਛਾ ਜੀ। ਉਹਨਾਂ ਨੇ ਕਿਹਾ ਸੀ ਵੀ ਮੰਨ ਲਓ 50-50 ਦੇ ਹਿਸਾਬ, 51-49 ਦੇ ਹਿਸਾਬ ਨਾਲ ਬੰਦਾ ਜਿੱਤਦਾ, ਜੇ 51 ਮੂਰਖ ਇੱਕ ਪਾਸੇ ਇਕੱਠੇ ਹੋ ਗਏ ਫਿਰ ਡੈਮੋਕ੍ਰੇਸੀ ਦਾ ਕੀ ਹੋਊਗਾ? ਉਹੀ ਕੁਛ ਹੋ ਰਿਹਾ ਹੁਣ। ਅਸੀਂ 5-7 ਸਾਲ ਥੋੜ੍ਹਾ ਜਿਹਾ ਹੋਰ ਕੰਮੀ ਲੱਗੇ ਰਹੇ ਸੀ, ਉਹ ਪੁਰਾਣੀਆਂ ਯਾਰੀਆਂ ਦੇ ਮੁੱਲ ਤਾਰਦੇ ਰਹੇ ਕਈ ਸਾਲ, ਉਹ ਹੁਣ ਉਤਰ ਗਏ, ਹੁਣ ਅਸੀਂ ਵਿਹਲੇ ਹਾਂ ਅਤੇ ਬਣਾ ਦਾਂਗੇ ਹੁਣ ਫਿਲਮਾਂ ਅਸੀਂ। ਸਦਾ ਦਿਵਾਲੀ ਸਾਧ ਦੀ ਅੱਠੇ ਪੈਰ ਬਸੰਤ, ਕੁਦਰਤ ਜਿਹੜੇ ਰੰਗ 'ਚ ਰੱਖਦੀ ਹੈ ਬਸ ਖੁਸ਼ ਰਹੋ, 2 ਟਾਈਮ ਰੋਟੀ ਵਧੀਆ ਖਾਓ, ਚੰਗਾ ਬੋਲੋ, ਚੰਗੇ ਲੋਕਾਂ ਨੂੰ ਮਿਲੋ। ਔਰ ਮੇਰੀ ਤਾਂ ਦੁਨੀਆ ਬੜੀ ਖੂਬਸੂਰਤ ਹੈ, ਮੇਰੇ ਚਾਹੁਣ ਵਾਲੇ ਮੇਰੇ ਵਰਗੇ, ਮੇਰੇ ਅੰਦਰ ਕੋਈ ਆਕਾਂਕਸ਼ਾ ਨਹੀਂ ਵੀ ਮੈਨੂੰ ਕੋਈ ਚੀਨ ਵਾਲਾ ਸੁਣੇ, ਮੈਂ ਪੰਜਾਬੀਆਂ ਲਈ ਗਾਉਂਦਾ ਅਤੇ ਇਹੀ ਸੁਣ ਲੈਣ ਬਹੁਤ ਹੈ। ਵੌਇਸ ਅੱਜ ਕੱਲ੍ਹ ਔਰ ਮੀਡੀਅਮ ਯੋਰ ਮੈਸੇਜ ਕਦੇ ਐਵਰੀਵਨ ਅਨਮਿਸ ਨਫਨੀ ਦਾ ਨਾਮ ਫਰੋਮ ਵੌਇਸ ਅੱਜ ਕੱਲ੍ਹ ਔਰ ਮੀਡੀਅਮ ਯੋਰ ਮੈਸੇਜ। ਅੱਜ ਮੇਰੇ ਨਾਲ ਬੈਠੇ ਨੇ ਕਹਿੰਦੇ ਪੰਜਾਬ ਦੀ ਸ਼ਾਨ ਸਾਰਿਆਂ ਦੀ ਮਾਣ, ਬੱਬੂ ਮਾਨ। ਬੱਬੂ ਮਾਨ ਜੀ, ਵੈਲਕਮ ਟੂ ਸਿਡਨੀ। ਮੈਂ ਪੰਜਾਬ ਦਾ ਕਿਸਾਨ ਹਾਂ ਜੀ, ਪੰਜਾਬ ਦੀ ਸ਼ਾਨ ਸ਼ੇਰੇ ਪੰਜਾਬ ਰਣਜੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਇਹ ਵੱਡੇ ਲੋਕ ਹੈ ਸ਼ਾਨ, ਅਸੀਂ ਤਾਂ ਆਮ ਸਧਾਰਨ ਲੋਕ ਹੈ ਜਿਹੜੇ ਤੁਹਾਡਾ ਮਨੋਰੰਜਨ ਕਰਦੇ ਹਾਂ। ਇਹ ਵੀ ਤੁਹਾਡਾ ਬੜੱਪਣ ਹੈ, ਇਹ ਵੀ ਤੁਹਾਡਾ ਬੜੱਪਣ ਹੈ। ਕਹਿੰਦੇ ਵੀ ਲੋਕਾਂ ਦੇ ਤਾਂ ਗਾਣੇ ਨਹੀਂ ਹਿੱਟ ਹੁੰਦੇ ਕਿੰਨੀ ਕਿੰਨੀ ਦੇਰ ਲਾ ਕੇ, ਕਹਿੰਦੇ ਬੱਬੂ ਮਾਨ ਜੀ ਦਾ ਤਾਂ ਉਹ ਹੀ ਲੋਕਾਂ ਨੂੰ ਹੁਣ ਤੱਕ ਨਚਾਈ ਫਿਰਦਾ। ਫੈਨ ਜਿਹੜੇ ਪਹਿਲੇ ਦਿਨ ਤੋਂ ਬਣੇ, ਉਸ ਤੋਂ ਬਾਅਦ ਫੈਨ ਐਡ ਹੀ ਹੁੰਦੇ ਚਲੇ ਗਏ, ਇਹਦਾ ਨੁਸਖਾ ਆਪਾਂ ਕਿਵੇਂ ਤਿਆਰ ਕੀਤਾ? ਸੰਗੀਤ ਦੀਆਂ ਵੰਨਗੀਆਂ ਜੋ ਤੁਹਾਨੂੰ ਅਲੱਗ ਅਲੱਗ ਵਿਸ਼ਿਆਂ 'ਤੇ ਅਲੱਗ ਅਲੱਗ ਤਰ੍ਹਾਂ ਦਾ ਗਾਣਾ ਮਿਲਦਾ ਹੈ, ਫਿਰ ਤੁਹਾਡੀ ਪਸੰਦ ਵੱਧਦੀ ਹੈ, ਕਿਉਂਕਿ ਇੱਕ ਬੰਦੇ ਦੀ ਇੱਕ ਪਸੰਦ ਹੋ ਸਕਦੀ, ਦੂਜੇ ਦੀ ਅਲੱਗ ਤਰ੍ਹਾਂ ਦੀ ਹੁੰਦੀ ਹੈ। ਜੋ ਤੁਸੀਂ ਇਸ ਤਰ੍ਹਾਂ ਦੇ ਤਜਰਬੇ ਕਰਦੇ ਹਾਂ ਤਾਂ ਫਿਰ ਉਹ ਸੱਜਣ ਤੁਹਾਡੇ ਨਾਲ ਤੁਰ ਪੈਂਦਾ। ਜਿਵੇਂ ਤੁਸੀਂ ਤਜਰਬੇ ਦੀ ਗੱਲ ਕੀਤੀ, ਕਹਿੰਦੇ ਵੀ ਸਿੰਗਰ ਤਾਂ ਹਰ ਸਾਲ ਨਵੇਂ ਨਵੇਂ ਕਈ ਆਉਂਦੇ ਆ ਜੀ, ਪਰ ਬੱਬੂ ਮਾਨ ਨੇ ਜਦੋਂ ਸ਼ੁਰੂਆਤ ਕੀਤੀ ਅਤੇ ਅੱਜ ਤੱਕ ਉਹਦੀ ਰੈਲੀਵੈਂਸ ਦੇ ਵਿੱਚ ਕੋਈ ਫਰਕ ਨਹੀਂ ਪਿਆ, ਕਿਉਂਕਿ ਉਹ ਆਪਣੇ ਆਪ ਨੂੰ ਵਕਤ ਦੇ ਹਿਸਾਬ ਨਾਲ ਪ੍ਰਿੰਸੀਪਲਸ ਨੂੰ ਨਾ ਛੱਡਦੇ ਹੋਏ ਚੇਂਜ ਕਰਦੇ ਚਲੇ ਗਏ? ਸਰ, ਜ਼ਿੰਦਗੀ 'ਚ ਤੌਰ ਬਣਾਉਣ ਨੂੰ ਟਾਈਮ ਲੱਗਦਾ,
ਰਸਤਾ ਤੈਅ ਹੋ ਜਾਂਦਾ ਹੁੰਦਾ। ਸੋ ਆਪਦੇ ਆਪ 'ਤੇ ਪਹਿਲਾਂ ਧਿਆਨ ਦਿਓ ਕਿ ਤੁਸੀਂ ਕਰਨਾ ਕੀ ਹੈ। ਮਸ਼ਹੂਰ ਹੋ ਜਾਣਾ ਸੁਭਾਵਿਕ ਹੈ, ਅੱਜ ਦੇ ਯੁੱਗ 'ਚ ਬਹੁਤ ਸੌਖਾ। ਕੁੱਤੇ ਦੇ ਐਨਕਾਂ ਲਾ ਕੇ ਪੁੱਠਾ ਲਟਕਾ ਦਿਉ, ਮੰਨ ਲਓ ਕਈ ਸੌ ਮਿਲੀਅਨ ਹੋ ਜਾਂਦਾ, ਉਹ ਨਹੀਂ ਮਾਣੇ ਰੱਖਦਾ। ਮਸ਼ਹੂਰੀ ਕਿਸ ਤਰ੍ਹਾਂ ਦੀ ਹੈ? ਪਾਤਰ ਸਾਹਿਬ ਵੀ ਮਸ਼ਹੂਰ ਹੈ, ਬਟ ਉਹਨਾਂ ਨੂੰ ਦੇਖਣ ਵਾਲਾ 70,000 1,00,000 ਉਹਨਾਂ ਦੇ ਪੇਜ 'ਤੇ, ਕਿਮ ਕਾਰਡਾਸ਼ੀਅਨ ਨੂੰ ਕਰੋੜਾਂ ਦੇਖਦੇ ਆ। ਬਟ ਮਸ਼ਹੂਰੀ ਦਾ ਨਜ਼ਰੀਆ ਕੀ ਹੈ, ਕਿਸ ਤਰ੍ਹਾਂ ਨਾਲ ਮਸ਼ਹੂਰ ਹੋ? ਮਸ਼ਹੂਰ ਤਾਂ ਬਹੁਤ ਦੁਨੀਆ, ਮੜਕ ਕੀ ਹੈ ਤੁਹਾਡੀ? ਮੜਕ ਕੀ ਹੈ? ਹਾਂ, ਸਬਜੈਕਟ ਕੀ ਹੈ, ਵਿਸ਼ਾ ਕੀ ਹੈ ਜਿਹਦੇ ਨਾਲ ਤੁਸੀਂ ਮਸ਼ਹੂਰ ਹੋਏ ਹੋ? ਕਹਿੰਦੇ ਸਕਸੈਸ ਅਚੀਵ ਕਰਨੀ ਇੰਨੀ ਔਖੀ ਨਹੀਂ ਹੈ ਜਿਹਨੂੰ ਉਹਨੂੰ ਸਸਟੇਨ ਕਰਨੀ ਓਵਰ ਦਾ ਪੀਰੀਅਡ ਆਫ ਟਾਈਮ। ਅਤੇ ਮੇਰੇ ਖਿਆਲ ਆ ਤੁਸੀਂ ਉਹਨਾਂ 'ਚੋਂ ਇੱਕ ਇਗਜ਼ਾਮਪਲ ਹੋ। ਸਕਸੈਸ ਅਚੀਵ ਕਰਨ ਤੋਂ ਬਾਅਦ ਜ਼ਮੀਨ 'ਤੇ ਪੈਰ ਰੱਖਦੇ ਹੋਏ ਜਿਹੜੇ ਫੈਨ ਬਣਾਏ ਆ, ਮੇਰੇ ਖਿਆਲ ਉਹ ਫੈਨ ਤੋਂ ਜ਼ਿਆਦਾ ਉਹ ਤੁਹਾਨੂੰ ਇੱਕ ਆਪਣਾ ਪਰਿਵਾਰ ਲੈ ਕੇ ਚੱਲਦੇ ਆ, ਵੀ ਉਹ ਖੜ ਜਾਂਦੇ ਆ। ਮੇਰਾ ਬਚਪਨ ਤੋਂ ਇਹ ਸ਼ੌਕ ਇਹ ਸੀ ਕਿ ਮੈਂ ਹਰ ਪਰਿਵਾਰ ਦਾ ਮੈਂਬਰ ਬਣਾ। ਬਸ ਮਸ਼ਹੂਰ ਹੋਣਾ ਬੇਮਾਨਾ ਹੁੰਦਾ ਜਦ ਤੱਕ ਤੁਹਾਨੂੰ ਸਤਿਕਾਰ ਨਾ ਮਿਲੇ, ਅਤੇ ਉਹ ਪਿਆਰ ਅਸੀਂ ਖੱਟਿਆ। ਕਹਿੰਦੇ ਵੀ ਦਿਲਾਂ 'ਚ ਐਂਟਰੀ ਜਿੱਦਣ ਮਿਲ ਜਾਂਦੀ ਹੈ ਤਾਂ ਸਮਝੋ ਉਹ ਆਪਣੇ ਆਪ ਉਹਨਾਂ ਦੀ ਰੂਹਾਂ ਦੇ ਵਿੱਚ ਪਹੁੰਚ ਜਾਂਦੀ। ਕੰਨ ਦੀ ਚੀਜ਼ ਕੰਨ 'ਚੋਂ ਖੱਬੇ ਨਿਕਲ ਜਾਂਦੇ ਸੱਜੋਂ ਪੈ ਕੇ, ਦਿਲ ਵਾਲੀ ਨਹੀਂ ਨਿਕਲਦੀ। ਰੋਮਾਂਟਿਕ ਸ਼ਾਇਰ ਅਤੇ ਨਾਲ ਨਾਲ ਪੰਜਾਬ ਦਾ ਦਰਦ ਵੀ ਸੀਨੇ 'ਚ ਸਮੇਟੀ ਫਿਰਦਾ ਬੱਬੂ ਮਾਨ। ਵਰਾਇਟੀ ਹਰ ਪਾਸੇ ਦੇਖਣ ਨੂੰ ਮਿਲਦੀ ਹੈ। ਜਦੋਂ ਅਸੀਂ ਕਹਿੰਦੇ ਵੀ ਕਬਜ਼ਾ ਲੈਣ ਦੀ ਗੱਲ ਹੈ, ਪਿੰਡ ਪਹਿਰਾ ਲੈਣ ਦੀ ਗੱਲ ਹੈ, ਅਤੇ ਦੂਜੇ ਪਾਸੇ ਅਸੀਂ ਆ ਕੇ ਮਿੱਤਰਾਂ ਦੀ ਛੱਤਰੀ ਤੋਂ ਹੌਲੀ ਹੌਲੀ ਚੱਲਦੇ ਹੋਇਆਂ ਕਿਸਾਨਾਂ ਦਾ ਦਰਦ ਵੀ ਕਿਤੇ ਨਾ ਕਿਤੇ ਛਲਕਦਾ ਹੋਣਾ ਚਾਹੀਦਾ। ਇਨਸਾਨ ਦਾ ਜਿਹੜਾ ਆਰਟਿਸਟ ਆਵਾਜ਼ ਹੁੰਦਾ ਲੋਕਾਂ ਦੀ, ਉਹਦਾ ਫਰਜ਼ ਬਣਦਾ ਕਿ ਆਪਦੀ ਜਿਹੜੀ ਨਿੱਜੀ ਢੋਲਕੀ ਬਹੁਤੀ ਨਾ ਖੜਕਾਵੇ, ਸਮਾਜ ਦੀ ਗੱਲ ਕਰੇ ਔਰ ਸਮਾਜ ਲਈ ਲੜੇ ਅਤੇ ਖੜੇ। ਇਹੀ ਸਿਖਾਇਆ ਸਾਡੇ ਬਜ਼ੁਰਗਾਂ ਨੇ। ਜਦੋਂ ਆਪਾਂ ਲੜੇ ਅਤੇ ਖੜੇ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਡੈਫੀਨੇਟਲੀ ਕਿਤੇ ਨਾ ਕਿਤੇ ਦਿੱਕਤਾਂ ਵੀ ਆਉਂਦੀਆਂ। ਕਹਿੰਦੇ ਵੀ ਮਸਤੀ ਦੇ ਵਿੱਚ, ਮੌਜ ਦੇ ਵਿੱਚ ਤਾਂ ਸਾਰੇ ਤੁਰਨੇ ਪਸੰਦ ਕਰਦੇ ਆ, ਪਰ ਜਿੱਥੇ ਅੜੇ ਅਤੇ ਖੜੇ ਹੁੰਦੇ ਆ ਅਤੇ ਉਹਦੇ ਵਿੱਚ ਜਿਹੜਾ ਸਹਿਯੋਗ ਆਲੇ ਦੁਆਲੇ ਤੋਂ ਮਿਲਦਾ, ਉਹਦੇ 'ਚੋਂ ਕਦੀ ਡਿਸਅਪੁਆਇੰਟਮੈਂਟ ਵੀ ਹੋਈ? ਵੀ ਸਰ ਦੋ ਤਰ੍ਹਾਂ ਦੀ ਦੁਨੀਆ, ਇੱਕ ਤਾਂ ਇੰਟਰਨੈਟ 'ਤੇ ਬੱਕਰੀਆਂ ਵਾਲੀ ਦੁਨੀਆ, ਜਿਹੜੇ ਇਹਦੇ 'ਤੇ ਬੈਠਦਾ ਉਹਨਾਂ ਨੂੰ ਲੱਗਦਾ ਇਹ ਹਕੀਕਤ ਹੈ, ਇਹ ਨਹੀਂ ਹੁੰਦੀ ਹਕੀਕਤ, ਹੋਰ ਹੁੰਦੀ। ਉਹ ਜੋ ਤੁਸੀਂ ਨੰਗੇ ਪੈਰ ਤੁਰਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਰੇਤਾ ਤੱਤਾ ਕਿ ਠੰਡਾ, ਉਹ ਕੋਈ ਮਾਨ ਨਹੀਂ ਰੱਖਦਾ, ਤੁਸੀਂ ਆਪਣਾ ਕੰਮ ਕਰਨਾ। ਜਿਹੜੇ ਫੇਸਬੁੱਕ ਸ਼ੇਅਰ ਮੈਂ ਨੋਰਮਲੀ ਕਹਿ ਦਿੰਦਾ ਹੁੰਦਾ, ਹਾਂ ਨਹੀਂ ਸ਼ੇਅਰ ਉਹ ਹੁੰਦੇ ਜਿਹੜੇ ਕਬੀਲੇ ਲਈ ਲੜਦੇ ਆ, ਆਪਦੇ ਹੱਕਾਂ ਲਈ ਗਰੀਬ ਦੀ ਗੱਲ ਕਰਦੇ ਆ, ਕਿਸੇ ਨੂੰ ਮਾਂ ਭੈਣ ਦੀ ਗਾਲ ਕੱਢਣੀ ਬੈਠ ਕੇ ਨੈੱਟ 'ਤੇ ਆ ਕਮੈਂਟ ਕਰਨਾ, ਉਹ ਤਾਂ ਬੱਕਰੀ ਤੋਂ ਵੀ ਮਾੜੇ ਹੁੰਦੇ। ਉਹ ਵੀ ਫੇਕ ਆਈਡੀਆਂ ਬਣਾ ਕੇ ਲੱਗੇ ਹੁੰਦੇ ਮੋਸਟਲੀ, ਨਹੀਂ ਉਹ ਬੰਦੇ ਹੀ ਨਹੀਂ ਹੁੰਦੇ, ਉਹਨੂੰ ਚੈੱਕ ਕਰਨਾ ਪੈਣਾ ਕੀ ਆ। ਅੱਜ ਤੱਕ ਦੀ ਜਿੱਦਾਂ ਮੈਂ ਰਿਸਰਚ ਜਦੋਂ ਕਰਨੀ ਸ਼ੁਰੂ ਕੀਤੀ, ਕਹਿੰਦੇ ਵੀ ਸੌਨ ਦੀ ਝੜੀ ਹੈਜ਼ ਬੀਨ ਦ ਮੋਸਟ ਸੈਲਿੰਗ ਐਲਬਮ। ਨਹੀਂ ਉਹਦੇ 'ਚ ਡਿਸਪਿਊਟ ਹੋ ਜਾਂਦਾ, ਫਿਰ ਕੈਟਰਕ ਨੇ ਦੂਜੀ ਕੱਢੀ ਸੀ। ਅੱਛਾ ਜੀ, ਹਾਂ ਪਿੰਡ ਪਹਿਰਾ ਲੱਗਦਾ, ਉਹ ਕਹਿੰਦੇ ਸਾਡੀ ਵੱਧ ਵਿਕੀ ਹੈ। ਮਿੱਤਰਾਂ ਛੱਤਰੀ ਵਾਲੇ ਕਹਿੰਦੇ ਸਾਡੀ ਵੱਧ ਵਿਕੀ। ਹਾਂ ਪਰ ਮੈਨੂੰ ਹਾਲੇ ਵੀ ਦੇਖੋ ਹਰ ਏਜ ਦਾ ਗਾਣਾ ਹੈ, ਜਿਹੜੇ ਗਾਣੇ ਤੁਹਾਡੇ ਕੰਨ 'ਚ ਪੈ ਗਏ ਉਹ ਤੁਹਾਡੇ ਗਾਣੇ ਹੋ ਗਏ, ਤੁਹਾਨੂੰ ਉਹ ਤੋਂ ਬਾਅਦ ਜੋ ਮਰਜ਼ੀ ਆ ਜਾਵੇ ਤੁਹਾਨੂੰ ਨਹੀਂ ਚੰਗਾ ਲੱਗਣਾ, ਨਾ ਤੁਹਾਨੂੰ ਉਦੋਂ ਪਹਿਲਾਂ ਚੰਗਾ ਲੱਗਣਾ। ਉਹ ਇੱਕ ਏਜ ਦਾ ਗਾਣਾ ਹੁੰਦਾ, ਜਿਹੜੀ ਏਜ 'ਚ ਜਿਹੜਾ ਗਾਣਾ ਫਸ ਜਾਂਦਾ ਨਾ ਬ੍ਰੇਨ 'ਚ, ਕਿਤੇ ਸੂਈ ਅਟਕੀ, ਉਹ ਬੈਸਟ ਹੁੰਦਾ। ਹਾਂ ਸੂਈ ਅਟਕੀ, ਹਾਂ ਜਿੱਦਾਂ ਸਕੂਲ 'ਚ ਤੁਹਾਡੀ ਸੂਈ ਅਟਕੀ ਹੋਣੀ ਮੁਹੱਬਤ ਦੀ, ਅੱਜ ਵੀ ਦਿਲ 'ਚ ਕਸਕ ਜਿਹੀ ਹੁੰਦੀ ਹੋਣੀ ਸਕੂਲ ਦੇ ਦਿਨ ਚੇਤੇ ਕਰਕੇ। ਸਕੂਲ ਦੇ ਦਿਨ ਚੇਤੇ ਕਰਕੇ ਮੈਂ ਵਾਪਸ ਗੱਲ ਕਰਦਾ ਵੀ ਕਿਸਾਨੀ ਜਦੋਂ ਅਸੀਂ ਗੱਲ ਕਰੀਏ, ਉਹਦੇ ਵਿੱਚ ਆਪਾਂ ਖੜ੍ਹੇ ਖੜ੍ਹੇ
ਮੈਲਬਰਨ ਦੇ ਵਿੱਚ ਮੈਂ ਸੁਣਿਆ ਵੀ ਆਸਟ੍ਰੇਲੀਅਨ ਕਿਸਾਨਾਂ ਵਾਸਤੇ ਵੀ ਤੁਸੀਂ ਉਹਨਾਂ ਦੇ ਹੱਕ 'ਚ ਵੀ ਖੜੇ ਹੋ ਕੇ ਕੁਛ ਕਰਕੇ ਆਏ ਹੋ। ਸਰ ਮੈਂ ਤਾਂ ਮੈਨੂੰ ਲੱਗਦਾ ਵੀ ਜਿਹੜੇ ਜਿੰਨੀ ਪੂਰੀ ਦੁਨੀਆ 'ਚ ਖੇਤੀ ਕਰਦੀ ਜਮਾਤ ਆ ਉਹ 80% ਹੈ ਅਤੇ 20% 'ਚ ਕਾਰਪੋਰੇਟ ਆਉਂਦਾ ਹੈ। ਜੇ ਅੱਜ ਵੀ 80% ਤਹੀਆ ਕਰਨ ਤਾਂ ਇਹ ਦੁਨੀਆ ਦਾ ਜਿਹੜਾ ਸਿਸਟਮ ਔਰ ਪੈਟਰਨ ਬਦਲ ਦੇਣਗੇ ਔਰ ਸੁੱਖ ਅਤੇ ਸਕੂਨ ਦਾ ਸਾਹ ਆਊਗਾ। ਜਿਹੜੀ ਚੀਜ਼ ਤੁਹਾਨੂੰ $10 ਦੀ ਮਿਲਦੀ ਉਹ 50 ਪੈਸੇ ਦੀ ਰਹਿ ਜੂਗੀ। ਇਹ ਹੋਣਾ ਚਾਹੀਦਾ ਕਿਉਂਕਿ ਜਿਹੜੀ ਸਾਡੀ ਜਿਹੜੀ ਖੇਤੀ ਵਾਲੀ ਨਸਲ ਹੈ ਨਾ ਇਹਨੂੰ ਵੰਡਤਾ ਧਰਮਾਂ 'ਚ ਜਾਤਾਂ 'ਚ, ਨਸਲ ਇੱਕੋ ਹੈ ਪੂਰੀ ਦੁਨੀਆ 'ਚ। ਕਿਸਾਨੀ ਦੀ ਜਦੋਂ ਲੜਾਈ ਚੱਲ ਰਹੀ ਸੀ ਉਹਦੇ ਵਿੱਚ ਵੀ ਕਈ ਬੰਦਿਆਂ ਨੇ ਆ ਕੇ ਆਪਣੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ, ਉਹ ਜਿਹੜਾ ਅੱਜ ਨਹੀਂ ਤਾਂ ਕੱਲ੍ਹ ਸਾਹਮਣੇ ਆ ਹੀ ਜਾਂਦਾ। ਜਿਹੜੀ ਜਦੋਂ ਵਾਰ ਚੱਲਦੀ ਹੁੰਦੀ ਉਹ 'ਚ ਬਹੁਤ ਕੁਛ ਹੁੰਦਾ ਹੁੰਦਾ, ਉਹਨਾਂ ਨਹੀਂ ਸੋਚੀਦਾ ਹੁੰਦਾ, ਸਾਰੇ ਆਪਣੇ ਹੀ ਹੁੰਦੇ ਆ। ਮੰਨ ਲਓ ਤੁਸੀਂ ਅਤੇ ਮੈਂ ਇਕੱਠੇ ਆਪਾਂ ਕਿਸੇ ਕੰਮ 'ਚ ਜਾ ਰਹੇ ਹਾਂ, ਹੋ ਸਕਦਾ ਤੁਹਾਡੇ ਮੇਰੇ ਵਿਚਾਰ ਨਹੀਂ ਰਲਦੇ, ਇਹ ਮੁੱਦਾ ਥੋੜ੍ਹੀ ਹੈ ਕੋਈ। ਬਿਲਕੁਲ ਤੁਹਾਡਾ ਅਤੇ ਮੇਰਾ ਵਿਚਾਰ ਕਿਸਾਨੀ ਲਈ ਨਹੀਂ ਰਲਦਾ, ਪਰ ਆਪਣਾ ਟੀਚਾ ਤਾਂ ਇੱਕ ਹੀ ਹੈ ਨਾ, ਟੀਚਾ ਤਾਂ ਸਾਡਾ ਉਹੀ ਹੈ ਨਾ ਕਿਸਾਨੀ, ਉਹ ਕੋਈ ਮੈਟਰ ਨਹੀਂ ਕਰਦਾ। ਔਰ ਮੈਨੂੰ ਕਦੇ ਇਸ ਤਰ੍ਹਾਂ ਦੇ ਮਾਮਲੇ 'ਚ ਕਦੇ ਕਿਸੇ ਨਾਲ ਨਫ਼ਰਤ ਨਹੀਂ ਹੋਈ, ਮੈਂ ਪਿਆਰ ਹੀ ਕਰਦਾ। ਬਹੁਤ ਸੱਜਣ ਮੇਰੇ ਬਾਰੇ ਜਿਹੜੇ ਬੋਲ ਕੇ ਵੀ ਜਾਂਦੇ ਆ ਜਾਂ ਬੋਲ ਗਏ, ਉਹ ਮੈਨੂੰ ਨਿੱਜੀ ਤੌਰ 'ਤੇ ਪਹਿਲਾਂ ਵੀ ਬਹੁਤ ਵਾਰੀ ਮਿਲੇ ਆ, ਬੜੇ ਪਿਆਰ ਸਤਿਕਾਰ ਨਾਲ ਮਿਲਦਾ ਰਿਹਾ ਸਭ ਨੂੰ, ਬਾਅਦ 'ਚ ਵੀ ਮਿਲਦਾ ਰਿਹਾ ਮੈਨੂੰ, ਕਦੇ ਨਹੀਂ। ਅਤੇ ਕਈ ਵਾਰ ਦੇਖੋ ਜੇ ਤੁਸੀਂ ਦੱਸੋ ਤੁਸੀਂ ਕਿਸੇ ਸਮੂਹ ਲਈ ਜਾਂਦੇ ਹੋ ਨਾ, ਫਿਰ ਤੁਹਾਨੂੰ ਆਪਣਾ ਆਪ ਤਿਆਗਣਾ ਪੈਂਦਾ, ਉੱਥੇ ਮੈਂ ਨਹੀਂ ਹੁੰਦੀ। ਤੁਸੀਂ ਮੇਰੇ ਬਾਰੇ ਬੋਲ ਵੀ ਦਿਓਗੇ ਤਾਂ ਕੀ ਹੈ ਫਿਰ, ਕਿਉਂਕਿ ਮੇਰੀ ਮੈਂ ਤਾਂ ਖਤਮ ਹੀ ਹੋ ਗਈ ਨਾ। ਮੈਂ ਤਾਂ ਉਸੇ ਅੰਦੋਲਨ 'ਚ ਜਾ ਰਿਹਾ ਨਾ ਜਿੱਥੇ ਤੁਸੀਂ ਜਾ ਰਹੇ ਹੋ, ਉੱਥੇ ਮੈਂ ਤਾਂ ਹੈ ਹੀ ਨਹੀਂ, ਉਹ ਤਾਂ ਸਮੂਹ ਦਾ, ਉਹ ਤਾਂ ਕਿਸਾਨੀ ਅੰਦੋਲਨ ਹੈ, ਮੇਰਾ ਥੋੜ੍ਹੀ ਹੈ ਨਾ ਤੁਹਾਡਾ। ਉਹਦੀ ਗੁੱਸਾ ਸ਼ਿਕਵਾ ਕੀ ਹੁੰਦਾ, ਔਰ ਆਪਣਿਆਂ ਨਾਲ ਕੋਈ ਸ਼ਿਕਵਾ ਨਹੀਂ ਹੁੰਦਾ, ਸਭ ਆਪਣੇ ਆ, ਸਾਰੇ ਆਪਣੇ ਹੈਗੇ। ਇਹਦੇ ਨਾਲ ਮੈਂ ਤੁਹਾਡੇ ਨਾਲ ਕਿਸੇ ਹੱਦ ਤੱਕ ਐਗਰੀ ਕਰਦਾ, ਬਟ ਐਟ ਦ ਸੇਮ ਟਾਈਮ ਕਦੀ ਕਦੀ ਉਹ ਆਪਣੇ ਬਣ ਕੇ ਵੀ ਆਪਣੀ ਜੜ੍ਹਾਂ ਦੇ ਵਿੱਚ ਲੂਣ ਪਾਉਣ ਵਾਲੇ ਬੜੇ ਬੈਠੇ ਹੁੰਦੇ ਆ। ਸਰ ਤੁਸੀਂ ਬਰੋਟੇ, ਉਹਨਾਂ ਤੋਂ ਬਚਣ ਦਾ ਕੋਈ ਤਰੀਕਾ ਹੈ ਨਹੀਂ ਹੈ। ਤੁਸੀਂ ਬਰੋਟੇ 'ਚ ਤੇਲ ਪਾਈ ਜਾਓ, ਫਿਰ ਅੱਗੇ ਜਾ ਕੇ ਜੜ ਲਾ ਲੈਂਦਾ। ਉਹ ਕਲਕੱਤੇ ਕੋਲ ਇੱਕ ਬਰੋਟਾ ਦੇ ਪਿੱਪਲਾ, ਉਹ ਮੈਂ ਲੱਗਾ 24-25 ਉਹਦੇ 'ਚ ਹੋਣਾ ਏਕੜ 'ਚ, ਕਈ ਕਈ ਜਗ੍ਹਾ 250-250 ਏਕੜ 'ਚ ਤਾਂ ਦਰਖਤ ਤਾਂ ਉਹ ਆਪਦੀ ਜੜ੍ਹ ਅੱਗੇ ਲਾ ਲੈਂਦਾ। ਇੱਦਾਂ ਕੁਛ ਨਹੀਂ ਹੁੰਦਾ, ਇਹ ਤਾਂ ਫਲ ਫਲਾ ਹੈ। ਇਹ ਨਾ ਸਿਰਫ ਕੀ ਹੁੰਦਾ ਨਾ, ਜਿਹੜਾ ਸਮਾਜਿਕ ਮੀਡੀਆ ਇਹਦੇ 'ਚ ਲੋਕਾਂ ਨੂੰ ਨਾ ਕੋਈ ਮੁੱਦਾ ਚਾਹੀਦਾ, ਬਹਿਸ ਵਾਲਾ, ਜਿਹਦੇ 'ਤੇ ਕਲਿੱਕਾਂ ਵੱਧ ਹੁੰਦੀਆਂ, ਉਹਨਾਂ ਦੀ ਰੋਟੀ ਚੱਲਦੀ ਹੈ ਸਰ 'ਚ, ਉਹ ਗੱਲ ਕੁਛ ਨਹੀਂ ਹੁੰਦੀ। ਬਟ ਇਹ ਆਊਟਡੇਟਡ ਹੋ ਜਾਣਾ, ਦੇਖੋ ਤੁਸੀਂ ਸਾਲ ਵੱਧ ਤੋਂ ਵੱਧ ਸਾਲ ਕੱਢੂਗਾ, ਇਹ ਬਹਿਸਬਾਜ਼ੀ ਦਾ ਬੇਸ਼ੱਕ ਖਤਮ ਹੋ ਜੂਗਾ, ਕਿਉਂ ਜਿਵੇਂ ਵਰਚੁਅਲ ਰਿਐਲਿਟੀ ਦੇ ਹਿਸਾਬ ਨਾਲ ਜਿਵੇਂ ਜਿਵੇਂ ਚੱਲੀ ਜਾਂਦਾ ਨਾ ਸਿਸਟਮ ਬਦਲੀ ਜਾਣਾ। ਅੱਜ ਕੱਲ੍ਹ ਡਿਸਕਸ਼ਨ ਦੀ ਬਜਾਏ ਬਹਿਸਬਾਜ਼ੀ ਬਹੁਤ ਵੱਧ ਗਈ ਹੈ, ਮੇਰੇ ਖਿਆਲ ਨਾਲ ਉਹ ਪੇਸ਼ੈਂਸ ਸਰ ਬਾਂਦਰ ਨੱਚਦਾ ਹੁੰਦਾ ਸੜਕ 'ਤੇ ਅਤੇ 500 ਬੰਦਾ ਖੜ੍ਹ ਜਾਂਦਾ ਉਹਨੂੰ ਦੇਖਣ, ਖੜ੍ਹਦਾ ਤਾਂ ਬਾਂਦਰ ਕੁਛ ਵੀ ਨਹੀਂ, ਟੋਪੀ ਜਾ ਕੇ ਸਿਰ 'ਤੇ ਲੈ ਲੈਂਦਾ, ਥੱਲੇ ਰੱਖ ਦਿੰਦਾ, ਕੁਛ ਵੀ ਨਹੀਂ ਕਰਦਾ ਉਹ। ਦੇਖੀਏ ਇਹ ਦੁਨੀਆ ਇੱਦਾਂ ਸੋਚ ਕੇ ਨਹੀਂ ਨਿਕਲਦੀ ਜ਼ਿੰਦਗੀ, ਮਸਤ ਆਪਣਾ ਹਾਥੀ ਵਾਂਗੂ ਝੁੰਮ ਕੇ ਤੁਰੋ, ਬਸ ਚੰਗਾ ਕਰੋ, ਬਸ ਕਿਸੇ ਦਾ ਮਾੜਾ ਤੁਸੀਂ ਨਾ ਕਰੋ, ਕੋਈ ਤੁਹਾਡੇ ਬਾਰੇ ਸੋਚਦਾ ਉਹਦਾ ਪੱਖ ਹੈ, ਉਹਦਾ ਪੱਖ ਹੈ। ਬਿਲਕੁਲ, ਮੈਂ ਜੇ ਤੁਹਾਡੇ ਬਾਰੇ ਮਾੜਾ ਸੋਚੂੰਗਾ ਤੁਹਾਨੂੰ ਨਹੀਂ ਪਤਾ, ਮੈਂ ਸੋਚ ਰਿਹਾ ਅਤੇ ਮੈਂ ਆਪਦੇ ਆਪ ਦਾ ਜਿਹੜਾ ਸਟ੍ਰੈਸ ਵਧਾ ਰਿਹਾ, ਮੈਂ ਆਪਦਾ BP ਹਾਈ ਕਰ ਰਿਹਾ, ਤੁਹਾਡਾ ਕੀ ਗਿਆ, ਕੋਈ ਫਰਕ ਨਹੀਂ। ਇਸ ਕਰਕੇ ਆਪਦੇ ਆਪ ਨੂੰ ਸਾੜ ਦਿਓ। ਬੁੱਧ ਸਾਹਿਬ ਨਾ, ਮਹਾਤਮਾ ਬੁੱਧ ਜੀ, ਉਹ ਲੈਣ ਜਾਂਦੇ ਹੁੰਦੇ ਸੀ, ਜਦੋਂ ਗਜਾ ਕਰਦੇ ਹੁੰਦੇ ਸੀ ਪਿੰਡਾਂ 'ਚ, ਫੂਡ ਲੈਣ ਜਾਂਦੇ ਹੁੰਦੇ, ਉਹ ਇੱਕ ਕਿਸਾਨ ਨੇ ਕਿਤੇ ਜ਼ਿਮੀਂਦਾਰ ਹੋਣਾ ਉਖੜਿਆ, ਉਹਨੇ ਗਾਲਾਂ ਗੂਲਾਂ ਕੱਢਤੀਆਂ। ਥੋੜ੍ਹੇ ਦਿਨ ਫਿਰ ਚਲੇ ਗਏ ਉਹ, ਹੁਣ ਉਹ ਕਿਸਾਨ ਦਾ ਗੁੱਸਾ ਠੰਡਾ ਆਇਆ ਸੀ ਅਤੇ ਉਹ ਲੈ ਕੇ ਆਇਆ ਫੂਡ, ਉਹ ਕਹਿੰਦਾ ਮੈਂ ਫੂਡ ਲੈਣ ਨਹੀਂ ਆਇਆ, ਮੈਂ ਤੈਨੂੰ ਇਹ ਦੱਸਣਾ ਵੀ ਜਿਹੜੀਆਂ ਤੂੰ ਮੈਨੂੰ ਗਾਲਾਂ ਕੱਢੀਆਂ ਸੀ ਉਹ ਮੈਂ ਲਈਆਂ ਨਹੀਂ, ਉਹ ਵਾਪਸ ਤੇਰੇ ਕੋਲ ਆ ਗਈਆਂ, ਤੂੰ ਉਹਦੇ ਨਾਲ ਹੁਣ ਕਿੱਦਾਂ ਐਡਜਸਟ ਕਰਨਾ, ਤੂੰ ਕਿੱਦਾਂ ਰਹਿਣਾ। ਆਈ ਗਰੀ, ਪੰਜਾਬ ਦੇ ਜਦੋਂ ਅਸੀਂ ਹਾਲਾਤ ਦੇਖਦੇ ਹਾਂ, ਅਸੀਂ ਭਾਵੇਂ ਕਹਿੰਦੇ ਵੀ ਪੰਜਾਬੀ ਪੰਜਾਬ ਤੋਂ ਬਾਹਰ ਆ ਜਾਂਦਾ, ਪਰ ਪੰਜਾਬ ਇੱਕ ਪੰਜਾਬੀ 'ਚੋਂ ਕੱਢਣਾ ਬੜਾ ਔਖਾ।
ਅਤੇ ਪਿੱਛੇ ਕਿਤੇ ਨਾ ਕਿਤੇ ਸਾਡੀ ਵੀ ਲੋਅ ਲੱਗੀ ਰਹਿੰਦੀ ਹੈ। ਮਾਈਗ੍ਰੇਸ਼ਨ ਇੱਕ ਇਸ਼ੂ ਹੈਗਾ ਪੰਜਾਬ ਦਾ, ਅਤੇ ਦੂਜਾ ਇਸ਼ੂ ਜੋਬ ਜਨਰੇਸ਼ਨ ਹੈਗਾ। ਕਾਹਤੇ ਆ ਮਾਈਗ੍ਰੇਸ਼ਨ? ਹਾਂ, ਮੈਂ ਇਹੀ ਤੁਹਾਡੇ ਵਿਚਾਰੇ ਜਾਣਦਾ ਵੀ ਮੇਰਾ ਲੋਕਾਂ ਨੂੰ ਇਹ ਕਹਿੰਦਾ ਵੀ ਤੁਸੀਂ ਉਹਨੂੰ ਮਾਈਗ੍ਰੇਸ਼ਨ ਨੂੰ ਮੁੱਦਾ ਬਣਾਉਣ ਦੀ ਬਜਾਏ ਇਹ ਲੈ ਕੇ ਚੱਲੋ ਵੀ ਸਾਡੇ ਆਪਣੇ ਬੰਦੇ ਥਾਂ ਥਾਂ 'ਤੇ ਜਾ ਕੇ ਬਸ ਰਹੇ ਹਾਂ। ਜਿੱਦਾਂ ਤੁਸੀਂ ਆਏ ਹੋ, ਤੁਹਾਡੇ ਭਤੀਜੇ ਆਉਣਗੇ ਸਰ। ਜਦ ਤੁਸੀਂ ਇੱਥੋਂ ਨਾ ਸਾਫ਼ ਮੌਸਮ 'ਚ ਇੱਕ ਫੋਟੋ ਖਿੱਚਦੇ ਹੋ ਹਾਰਬਰ 'ਤੇ ਖੜ੍ਹ ਕੇ, ਅਤੇ ਪਿੱਛੇ ਖੂਬਸੂਰਤ ਲਾਈਟਿੰਗ ਹੁੰਦੀ ਹੈ, ਰੰਗ ਆਪਣਾ ਉੱਥੇ ਨਾਲ ਜ਼ਿਆਦਾ ਸਫੇਦ ਹੋ ਜਾਂਦਾ, ਥੋੜ੍ਹਾ ਜਿਹਾ ਲਾਲ ਵੀ ਹੋ ਜਾਂਦਾ, ਫਰੂਟ ਫਰਾਟ ਅੱਛਾ ਦੇ, ਤਾਂ ਫਿਰ ਉੱਥੇ ਵਾਲਾ ਜਵਾਕ ਵੀ ਉਹਦੇ ਹੁੱਜ ਪੈਂਦੇ ਵੀ ਮੈਂ ਵੀ ਐਂ ਜਾਣਾ ਚਾਚੇ ਨੂੰ। ਕੁਛ ਨਹੀਂ ਸਰ, ਦੁਨੀਆ ਬੇਸਿਕਲੀ ਅਜੇ ਤਾਂ ਹੱਦਾਂ 'ਚ ਬੰਨੀ ਹੋਈ ਹੈ ਵੀ ਇਰਾਨ ਹੈ, ਪਾਕਿਸਤਾਨ ਹੈ, ਇਰਾਕ ਹੈ, ਇੱਦਾਂ ਹੀ ਹੈ ਨਾ। ਅਜੇ ਇਹ ਇਹ ਜਿਹੜੇ ਜਿਸ ਜਗ੍ਹਾ ਅਸੀਂ ਰਹਿੰਦੇ ਉਹ ਇੱਦਾਂ ਵੰਡੀ ਹੋਈ ਹੈ, ਯੂਰਪ ਇੱਕ ਹੋ ਗਿਆ ਜੀ, ਇੱਥੋਂ ਤੁਰੋ ਉੱਥੇ ਤੱਕ ਪਤਾ ਨਹੀਂ ਲੱਗਦਾ ਇੱਕ ਮੁਲਕ ਹੈ ਕਿ 100 ਮੁਲਕ ਹੈ। ਉਹਨਾਂ ਨੇ ਆਪਦੇ ਬਹੁਤ ਸਾਰੇ ਡੈਮ ਵੀ ਖੋਲ੍ਹਤੇ ਵੀ ਪਾਣੀ ਨੂੰ ਕੁਦਰਤ ਨੇ ਜਿੱਦਾਂ ਛੱਡਿਆ ਉੱਦਾਂ ਹੀ ਵਹਿਣ ਦਿਉ, ਅਸੀਂ ਨਹੀਂ ਡੈਮਾਂ 'ਚ ਬੰਦ ਕਰਨਾ। ਅਸੀਂ ਥੋੜ੍ਹਾ ਜਿਹਾ ਪਿੱਛੇ ਹਾਂ, 5-7 ਸਾਲ ਤੱਕ ਦੇਖੋ ਤੁਸੀਂ ਸਾਰੇ ਬਾਰਡਰ ਬੂਡਰ ਖੁੱਲ੍ਹ ਜਾਣੇ, ਤੁਹਾਨੂੰ ਲੱਗਣੇ ਨਹੀਂ ਵੀ ਤੁਸੀਂ ਇੱਥੇ ਬੈਠੇ ਹੋ ਕਿ ਉੱਥੇ ਬੈਠੇ ਹੋ। ਲਹਿੰਦਾ ਪੰਜਾਬ 'ਤੇ ਚੜ੍ਹਦਾ ਪੰਜਾਬ ਵਿੱਚ ਦੀ ਲਕੀਰ ਖਤਮ। ਸਰ ਮੈਂ ਤਾਂ ਚਾਹੁੰਦਾ ਮੇਰੇ ਤਾਂ ਹਰ ਚੌਥੇ ਗਾਣੇ 'ਚ ਲਹਿੰਦਾ ਪੰਜਾਬ ਹੈ, ਇਸ ਤੋਂ ਸਾਹ ਨਹੀਂ ਲੈਂਦੇ। ਸਾਡੇ ਤਾਂ ਨਾਨੇ ਉਹਨੀ ਉੱਥੇ ਬਸੇ ਸੀ ਜਾ ਕੇ, ਅਤੇ ਸਾਡੀ ਮਾਤਾ ਜੀ ਦਾ ਜਨਮ ਉੱਥੇ ਆ, ਅਤੇ ਮੈਂ ਤਾਂ ਚਾਹੁੰਦਾ ਕਿ ਦੋ ਪੰਜਾਬਾਂ ਨੂੰ ਕਮ ਸੇ ਕਮ ਸਾਨੂੰ ਘੁੰਮਣ ਫਿਰਨ ਦੀ ਤਾਂ ਬਿਨਾਂ ਵੀਜ਼ੇ ਤੋਂ ਇਜਾਜ਼ਤ ਹੋਣੀ ਚਾਹੀਦੀ ਹੈ। ਉਹ ਜਿਹੜਾ ਸਿਆਸਤਦਾਨਾਂ ਦਾ 500-700 ਉੱਧਰ ਆ, 500 ਇਹਨਾਂ ਨੇ ਬੰਨੇ ਹੋਏ ਲੋਕ, ਇਹਨਾਂ ਨੇ 150 ਕਰੋੜ ਬੰਦਾ 200 ਕਰੋੜ ਬੰਨਿਆ ਹੋਇਆ, ਕਿਉਂਕਿ ਉਹ ਨਹੀਂ ਚਾਹੁੰਦੇ। ਤੁਸੀਂ ਵੀ ਚਾਹੁੰਦੇ, ਮੈਂ ਵੀ ਚਾਹੁੰਦੇ। ਰਾਤੀਂ ਅਸੀਂ ਕੱਲ੍ਹ ਅਸੀਂ ਉੱਥੇ ਹੋਟਲ ਬੈਠੇ ਸੀ ਤਾਂ ਇਹ ਨੌਜਵਾਨ ਆਪਣੇ ਘਰਾਂ ਨੂੰ ਆਏ ਹੋਏ ਸੀ, ਮੈਂ ਇਹ ਕਹਿੰਦੇ ਫੋਨ ਕਰੋ ਆਪਾਂ ਜਾ ਕੇ ਆਉਣਾ, ਮੈਂ ਕਹਿੰਦਾ ਨਹੀਂ ਆਪਾਂ ਟੈਕਸੀ ਲੈਂਦੇ। ਉਹ ਅਸੀਂ ਬਾਹਰ ਨਿਕਲੇ ਤਾਂ ਟੈਕਸੀ ਲੈ ਲਈ, ਮੁਲਤਾਨ ਤੋਂ ਸੀ ਉਹ। ਅੱਛਾ, ਪੰਜਾਬੀ ਬਹੁਤ ਸੋਹਣੀ ਬੋਲਦਾ ਸੀ, ਅਤੇ ਉਹਦੇ ਨਾਲ ਮੈਂ ਅਸੀਂ ਲਾਇਆ ਅੱਧਾ ਘੰਟਾ, ਅਸੀਂ ਘੁੰਮੇ ਸਟਰੀਟਾਂ 'ਤੇ, ਅਤੇ ਫਿਰ ਸਾਨੂੰ ਉੱਥੇ ਜਿੱਥੇ ਉਹ ਤੁਹਾਡੀ ਮਾਰਕੀਟ ਹੈ ਇੱਕ ਛੋਟੀ ਜਿਹੀ, ਉੱਥੇ ਛੱਡ ਆਇਆ ਸੀ। ਅਤੇ ਮੈਨੂੰ ਤਾਂ ਉੰਨੀ ਸੋਹਣੀ ਪੰਜਾਬੀ ਮੈਂ ਬੋਲਦਾ ਸੀ, ਜੇ ਅਸੀਂ ਭਾਸ਼ਾ ਦੇ ਆਧਾਰ 'ਤੇ ਦੇਸ਼ ਮੰਗਦੇ ਨਾ ਤਾਂ ਸਾਨੂੰ ਮਿਲ ਜਾਣਾ ਸੀ, ਕਿਉਂਕਿ ਜਿਹੜਾ ਪਾਰਲੀਮਾਨੀ ਸਿਸਟਮ ਹੈ ਬਿਫੋਰ ਪਾਰਟੀਸ਼ਨ ਆਜ਼ਾਦੀ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ ਪੰਜਾਬ 'ਚ। ਮਾਸਟਰ ਤਾਰਾ ਸਿੰਘ ਦੀ ਆਪਣੀ ਸਰਕਾਰ ਨਹੀਂ, ਤਾਰਾ ਸਿੰਘ ਦੀ ਨਹੀਂ ਸੀ, ਉਹ ਜਿਹੜੀ ਸਰਕਾਰ ਸਾਡੀ ਬਣੀ ਸੀ। ਅੱਛਾ ਜੀ। ਉਹਦੇ 'ਚ ਟਵਾਲਾ ਸਾਹਿਬ ਉਦੋਂ ਆਪਣੇ ਹੁੰਦੇ ਸੀ ਮੇਰਾ ਖਿਆਲ, ਸ਼ਾਇਦ EMC, ਅਤੇ ਸਰ ਛੋਟੂ ਰਾਮ ਸਾਹਿਬ ਵੀ ਸੀ, ਅਤੇ ਉਹ ਕਹਿੰਦੇ ਸੀ ਵੀ ਆਪਾਂ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਦੇਸ਼ ਲੈ ਸਕਦੇ ਹਾਂ, ਪਰ ਜੇ ਧਰਮਾਂ 'ਚ ਵੰਡੋਗੇ ਫਿਰ ਖਿੱਤਾ ਨਹੀਂ ਬਣਨਾ, ਬਸ ਉਹੀ ਗੱਲ ਹੋਈ, ਉਹੀ ਚੱਲ ਰਿਹਾ। ਇਸ ਕਰਕੇ ਭਾਸ਼ਾ ਬਹੁਤ ਵੱਡੀ ਚੀਜ਼ ਹੈ, ਇਹਨੂੰ ਅਸੀਂ ਸਮਝੇ ਨਹੀਂ ਕਦੇ। ਮੇਰੇ ਖਿਆਲ ਐਜੂਕੇਸ਼ਨ ਸ਼ਾਇਦ ਸਾਨੂੰ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਟੀਕਾ ਲਾਉਣ ਦੀ ਥੋੜ੍ਹੀ ਹੋਰ ਲੋੜ ਆ। ਜੇ ਅਸੀਂ ਜਿਊਸ਼ ਵੱਲ ਦੇਖਦੇ ਹਾਂ ਵੀ ਇੱਕ ਟਾਈਮ 'ਤੇ ਆ ਕੇ ਲੱਗਿਆ ਸੀ ਵੀ ਹਿਟਲਰ ਨੇ ਖਤਮ ਕਰਤੇ, ਪਰ ਐਜੂਕੇਸ਼ਨ ਨਾਲ ਅੱਜ ਦੀ ਡੇਟ ਦੇ ਵਿੱਚ ਮੈਨੂੰ ਲੱਗਦਾ ਵਰਲਡ ਦੇ ਫਾਈਨੈਂਸਿਸ ਸਾਰੇ ਉਹੀ ਕੰਟਰੋਲ ਕਰ ਰਹੇ ਹਾਂ। IAS ਸਦੀਆਂ ਤੋਂ ਹੀ ਕਰਦੇ ਹਾਂ, IAS, IPS, IRS ਪੰਜਾਬ 'ਚੋਂ ਨਿਕਲਣਗੇ ਤਾਂ ਕਿਉਂ ਨਹੀਂ ਪੋਲਿਸੀਜ਼ ਪੰਜਾਬ ਦੇ ਹੱਕ 'ਚ ਬਣਨਗੀਆਂ? ਸਰ ਪ੍ਰੋਬਲਮ ਫਿਰ ਉੱਥੇ ਆ ਗਈ ਨਾ, ਇਹ ਜਿਹੜਾ ਅੰਗਰੇਜ਼ਾਂ ਦਾ ਸੰਵਿਧਾਨ ਜਿਹੜਾ ਜਾਂ ਜਿਹੜਾ ਅਸੀਂ ਬਣਾਇਆ ਜਾਂ ਲਿਖਿਆ, ਇਹਨਾਂ ਨੂੰ ਤਾਂ ਬਾਬਾ ਸਾਹਿਬ ਨੇ ਆਪ ਵੀ ਕਈ ਵਾਰੀ ਪੜ੍ਹਿਆ, ਉਹ ਆਪ ਵੀ ਕਹਿੰਦੇ ਸੀ ਇਹਦੇ 'ਚ ਬਹੁਤ ਚੀਜ਼ਾਂ ਬਹੁਤ ਤਰੁੱਟੀਆਂ। ਅਫਸਰ ਆ ਜਿਹੜਾ ਉਹ ਸਾਇੰਟਿਸਟ ਨੂੰ ਰੂਲ ਕਰਦਾ, ਅਤੇ ਪੜ੍ਹ ਲਿਖ ਕੇ ਜਿਹੜੇ ਅਫਸਰ ਬਣਦੇ ਉਹਨਾਂ ਨੂੰ ਪੋਲੀਟੀਸ਼ੀਅਨ ਰੂਲ ਕਰਦਾ, ਅਤੇ ਫਿਰ ਪੜ੍ਹਾਈ ਕਿਹੜੇ ਕੰਮ ਆਈ? ਜਦੋਂ ਪ੍ਰਧਾਨ ਮੰਤਰੀ ਨੇ ਆਰਡਰ ਕਰਤਾ ਵੀ ਐਂ ਹੋਣਾ, ਅਫਸਰ ਤਾਂ ਉਹੀ ਲਿਖਣਾ ਵਿਚਾਰੇ ਨੇ, ਉਹ ਕਿੱਦਾਂ ਲਿਖ ਦਿਉ ਆਪਣੀ ਮਰਜ਼ੀ ਨਾਲ? ਉਹ ਤਾਂ ਇੱਕ ਥੋਟ ਪ੍ਰੋਸੈਸ ਲੈ ਕੇ ਜਾਊਗਾ, ਉਹ ਕਹੂਗਾ ਨਹੀਂ ਨਹੀਂ ਐਂ ਨਹੀਂ ਐਂ ਹੋਣਾ, ਕੱਲ੍ਹ ਕੁੱਲ ਮਿਲਾ ਕੇ ਫਿਰ ਅਖੀਰ 'ਚ ਉਹ ਸਾਧ ਦੇ ਡੇਰੇ ਚਲੇ ਜਾਂਦਾ।
ਚੜ੍ਹਾਈ ਸਾਧਾਂ ਦੀ ਹੈ, ਸਾਧਾਂ ਦੀ ਤੁਸੀਂ ਗੱਲ ਛੇੜਦੇ ਹੀ ਆ ਵੀ ਇਹ ਡੈਮੋਕ੍ਰੇਸੀ ਕਿਤੇ ਕਿਤੇ ਇਹ ਸੁਕਰਾਤ ਸਾਹਿਬ ਨੇ ਇਹਦਾ ਵਿਰੋਧ ਕਰਿਆ ਸੀ। ਅੱਛਾ ਜੀ। ਉਹਨਾਂ ਨੇ ਕਿਹਾ ਸੀ ਵੀ ਮੰਨ ਲਓ 50-50 ਦੇ ਹਿਸਾਬ 51-49 ਦੇ ਹਿਸਾਬ ਨਾਲ ਬੰਦਾ ਜਿੱਤਦਾ, ਜੇ 51 ਮੂਰਖ ਇੱਕ ਪਾਸੇ ਇਕੱਠੇ ਹੋ ਗਏ ਫਿਰ ਡੈਮੋਕ੍ਰੇਸੀ ਦਾ ਕੀ ਹੋਊਗਾ? ਉਹੀ ਕੁਛ ਹੋ ਰਿਹਾ ਹੁਣ। ਜਿਹੜੀ ਗੌਰਮੈਂਟ ਕੋਈ ਫੋਰਮ ਹੁੰਦੀ ਹੈ ਕਿਸੇ ਕੰਟਰੀ 'ਚ, ਉਹ 30-35% ਨਾਲ ਫੋਰਮ ਹੋ ਜਾਂਦੀ ਹੈ, ਬਾਕੀ ਤਾਂ ਮੰਨਣੇ ਨੂੰ ਤਿਆਰ ਨਹੀਂ ਉਹਨੂੰ ਕਿਸੇ ਕੰਟਰੀ ਦੇ ਪੀ ਐਮ ਨੂੰ ਜਾਂ ਜੋ ਵੀ ਹੈ। 35-40% ਜਿਹੜੀ ਓਵਰਆਲ ਨੰਬਰ ਆਫ ਵੋਟਸ ਆਉਂਦੇ ਉਹ 35-40% ਸੀਟਾਂ ਓਨੀਆਂ ਹੋ ਗਈਆਂ ਜਿਹਦੇ ਕਰਕੇ ਉਹ ਦੂਜੇ ਨਹੀਂ ਮੰਨਦੇ, ਦੂਜੇ ਨਹੀਂ ਮੰਨਦੇ। ਉਸ ਹਿਸਾਬ ਨਾਲ ਤਾਂ ਇੱਕ ਦਿਆਵਾਨ ਡਿਕਟੇਟਰ ਅੱਛਾ, ਅੱਜ ਦੁਬਈ 'ਚ ਤੁਸੀਂ ਚਲੇ ਜਾਓ ਡਿਕਟੇਟਰ ਹੈ ਅਤੇ ਮਜ਼ਾ ਲੈ ਕੋਈ ਮਰ ਜਾ ਜੇ ਉਂਗਲੀ ਲਾ ਦੇ ਗਏ 'ਚ ਉਂਗਲੀ ਵੱਢ ਦਿੰਦੇ ਹਾਂ, ਇੱਥੋਂ ਕੰਮ ਪਾਰ ਹੈ, ਕਿਸੇ ਨੂੰ ਅੱਖ ਮਾਰੀ ਤਾਂ ਅੱਖ ਕੱਢ ਦੇਣੀ ਉਹਨਾਂ ਨੇ। ਅੱਜ ਹਰ ਬੰਦਾ ਪ੍ਰੈਫਰ ਕਰਦਾ ਵੀ ਮੈਂ ਦੁਬਈ 'ਚ ਬਿਜ਼ਨਸ ਕਰਨਾ, ਕਿਉਂ ਕਰਦਾ? ਹੈ ਤਾਂ ਉਹ ਇਸਲਾਮਿਕ ਕੰਟਰੀ ਆ ਨਾ, ਉੱਥੇ ਉਹਨਾਂ ਦੇ ਆਪਣੇ ਨਿਯਮ ਵੀ ਬੜੇ ਸਖਤ ਹੈ, ਪਰ ਕਿਉਂ? ਕਿਉਂਕਿ ਉੱਥੇ ਆਮ ਬੰਦਾ ਸਾਹ ਚੰਗਾ ਲੈਂਦਾ, ਆਮ ਬੰਦੇ ਨੇ ਚੰਗਾ ਸਾਹ ਲੈਣਾ ਅਤੇ ਆਪਣਾ ਆਰਾਮ ਨਾਲ ਰਹਿਣਾ, ਉਹਨੇ ਨਾ ਸਿਆਸਤ ਕਰਨੀ ਹੈ ਨਾ ਉਹਨੂੰ ਕੁਛ ਨਹੀਂ ਚਾਹੀਦਾ, ਉਹਨੂੰ ਰੋਟੀ ਚਾਹੀਦੀ ਦੋ ਟਾਈਮ ਦੀ। ਕਈ ਵਾਰੀ ਮੈਂ ਇਹ ਦੇਖਦਾ ਵੀ ਮੀਡੀਆ ਦੇ ਵਿੱਚ ਖਬਰਾਂ ਆਊਟ ਆਫ ਪ੍ਰਪੋਰਸ਼ਨ ਵੀ ਆ ਜਾਂਦੀਆਂ ਹੈਗੀਆਂ, ਵੀ ਜਿਹਨੇ ਜਿਹੜੇ ਪਾਸੇ ਦਾ ਵਿਊ ਬਣਾਇਆ ਹੋਇਆ ਉਹਨੇ ਉਸੇ ਵਿਊ ਦੀ ਖਬਰਾਂ ਦਿਖਾਉਣੀਆਂ, ਜੇ ਇਹਨੂੰ ਮਾੜਾ ਕਹਿਣਾ ਤਾਂ ਮਾੜਾ, ਚੰਗਾ ਕਹਿਣਾ ਤਾਂ ਚੰਗਾ। ਉਹਦੇ ਕਰਕੇ ਮੈਂ ਹੁਣ ਇਹ ਦੇਖਿਆ ਵਿੱਚ ਜੇ ਜੋ ਹਾਲਾਤ ਪੰਜਾਬ ਦੇ ਵਿੱਚ ਚੱਲ ਰਹੇ ਸੀ ਉਹਦੇ ਵਿੱਚੋਂ ਕਿੰਨੀ ਸੱਚੀ ਸੁੱਚੀ ਪੱਤਰਕਾਰਤਾ ਨਿਕਲ ਕੇ ਆ ਰਹੀ ਸੀ, ਉਹ ਕਈ ਵਾਰੀ ਕੁਐਸਚਨ ਮਾਰਕ ਆਪਣੇ 'ਤੇ ਕਨਫਿਊਜ਼ਨ ਖੜੀ ਕਰ ਦਿੰਦਾ। ਸਰ, ਪੱਤਰਕਾਰਾਂ ਨੂੰ ਜੇ ਮੈਂ ਕੋਈ ਕਹੂੰਗਾ ਫਿਰ ਉਹਨਾਂ ਨੇ ਫਿਰ ਪੁੱਠਾ ਚੱਲਣ ਆ ਜਾਣਾ, ਫਿਰ ਉਹਨਾਂ ਨੇ ਕਹਿਣਾ ਇਹ ਇੱਦਾਂ ਕਹਿੰਦਾ। ਪਰ ਸਾਡੇ ਪੰਜਾਬ 'ਚ ਅੱਛੇ ਮੁੰਡੇ ਹੈਗੇ ਹੈ ਪੱਤਰਕਾਰ, ਮੈਂ ਕਈ ਵਾਰੀ ਅੱਛੀਆਂ ਖਬਰਾਂ ਸੁਣਦਾ, ਟਿਵਾਣਾ ਰੇਡੀਓ ਵਾਲੇ ਬੜਾ ਅੱਛਾ, ਉਹ ਬੜੇ ਸੋਹਣੇ ਉਹਨਾਂ ਦੇ ਵਿਚਾਰ ਹੁੰਦੇ। ਇੱਕ ਮੁੰਡਾ ਰੰਧਾਵਾ ਸ਼ਾਇਦ ਬੜਾ ਅੱਛਾ, ਉਹ ਵੀ ਕਰਦਾ ਡਿਬੇਟ। ਇੱਕ ਮੁੰਡਾ ਭੁੱਲਰ ਹੈ, ਹੋਰ ਵੀ ਕਾਫੀ ਨੌਜਵਾਨ ਅੱਛਾ ਕੰਮ ਕਰਦੇ। ਮੇਰੇ ਖਿਆਲ ਇਹ ਅੱਛੇ ਬੰਦਿਆਂ ਕਰਕੇ ਹੀ ਇਨਸਾਨੀਅਤ ਬਚੀ ਹੋਈ ਹੈ ਅਤੇ ਅੱਗੇ ਚੱਲ ਰਹੀ ਹੈ। ਜੇ ਗੀਤਾਂ ਦੇ ਮਿਆਰ ਬਾਰੇ ਮੈਂ ਗੱਲ ਛੇੜਦਾ, ਲੋਕ ਤੱਥ ਦੇ ਗੀਤ ਬੜੇ ਘੱਟਦੇ ਜਾ ਰਹੇ ਹੈ ਪਹਿਲੇ ਦੇ ਮੁਕਾਬਲੇ। ਸਰ, ਲੋਕ ਤੱਥਾਂ 'ਚ ਕਈ ਤਰ੍ਹਾਂ ਦੇ ਤੱਥ ਆਉਂਦੇ, ਤੁਸੀਂ ਕਿਹੜਾ ਤੱਥ ਸੁਣਨਾ ਚਾਹੁੰਦੇ ਹੋ ਦੱਸੋ? ਓਕੇ, ਤੁਸੀਂ ਤੁਹਾਡਾ ਭਾਵ ਕਿਸ ਤੱਥ ਤੋਂ ਆ? ਨੋਰਮਲੀ ਅੱਜ ਦੀ ਡੇਟ ਦੇ ਵਿੱਚ ਜਦੋਂ ਗਾਣੇ ਦੇ ਵਿੱਚ ਉਹ ਜੀ ਫੈਸੀਨੇਸ਼ਨ ਜ਼ਿਆਦਾ ਦਿਖਾਈ ਜਾਂਦੀ ਹੈ, ਰਿਐਲਿਟੀ ਘੱਟ ਦਿਖਾਈ ਜਾਂਦੀ ਹੈ। ਨਹੀਂ ਦੇਖੋ, ਕਲਪਨਾ ਜਿੱਥੇ ਨਾ ਪਹੁੰਚੇ ਰਵੀ ਉੱਥੇ ਪਹੁੰਚੇ ਕਵੀ, ਇਹ ਤਾਂ ਦੇਖੋ ਕਲਪਨਾ ਦਾ ਕੋਈ ਸੀਮਾ ਨਹੀਂ ਹੁੰਦੀ, ਔਰ ਹਰ ਯੁੱਗ 'ਚ ਹਰ ਤਰ੍ਹਾਂ ਦਾ ਲਿਖਿਆ ਜਾਂਦਾ। ਜੇ ਤੁਸੀਂ ਤੱਥਾਂ ਦੀ ਗੱਲ ਕਰਦੇ ਹੋ ਨਾ, ਹੁਣ ਤੱਥਾਂ ਮੈਂ ਵਾਰਸ ਸਾਹਿਬ ਦੀ ਹੀਰ ਕਈ ਵਾਰੀ ਪੜ੍ਹੀ ਹੈ, ਉਹਦੇ 'ਚ ਕਿਤੇ ਕਿਤੇ ਤਾਂ ਕਾਸਟਿਜ਼ਮ ਬਾਰੇ ਮਤਲਬ ਇਸ ਤਰ੍ਹਾਂ ਲਿਖਿਆ ਹੋਇਆ ਵੀ ਜੇ ਤੁਸੀਂ ਕਿਤੇ ਉਹਨੂੰ ਤੁਸੀਂ ਆਪਦੇ ਰੇਡੀਓ 'ਤੇ ਪੜ੍ਹ ਦਿਓ, ਤੁਹਾਡਾ ਤਾਂ ਮਤਲਬ ਵੱਢ ਕੇ ਰੱਖ ਦੇਣਗੇ ਲੋਕ ਤੁਹਾਨੂੰ। ਇੱਦਾਂ ਲਿਖਿਆ ਉਹਨਾਂ ਨੇ, ਵਰਣਨ ਕਰਾਇਆ ਔਰਤਾਂ ਦਾ। ਅਤੇ ਜਿੱਥੇ ਤੱਕ ਆਪਣਾ ਵਲਗਰ ਜਿਹੜੀਆਂ ਲਾਈਨਾਂ ਹੈ, ਉੱਦਾਂ ਪੇਡੂ ਵਰਗੇ ਸ਼ਬਦ ਵਰਤੇ ਹੋਏ ਹੈ ਜਿਹਨੂੰ ਲੋਅਰ ਐਬ ਕਹਿੰਦੇ ਹਾਂ। ਹਾਂਜੀ, ਤੋ ਉਹ ਹਰ ਯੁੱਗ 'ਚ ਹੁੰਦਾ ਸੀ। ਇੱਦਾਂ ਮੀਰ ਸਾਹਿਬ ਬਹੁਤ ਵੱਡੇ ਸ਼ਾਇਰ ਸੀ, ਉਹਨਾਂ ਨੇ ਵੀ ਬੜੀ ਅਜੀਬ ਜੀ ਇੱਕ ਵਾਰੀ ਲਿਖੀ ਸੀ ਪੋਇਮ ਅਬਾਊਟ ਸੁਹਾਗ ਰਾਤ ਜਾਂ ਰਾਤ ਬਾਰੇ। ਔਰ ਲੋਕ ਤੱਥਾਂ ਜਿਹੜੀਆਂ ਸਾਡੇ ਬੋਲੀਆਂ ਗਿੱਧੇ 'ਚ ਪੈਂਦੀਆਂ, ਉਹ ਤੁਸੀਂ ਥੋੜ੍ਹੀ ਸੁਣ ਸਕਦੇ, ਬਟ ਉਹ ਇੱਕ ਐਕਸਪ੍ਰੈਸ਼ਨ ਆ ਉਸ ਵਕਤ ਦਾ ਲੜਕੀਆਂ ਦਾ ਆਪਣਾ, ਔਰਤਾਂ ਦਾ। ਉਹ ਇਹ ਜੇ ਤੁਸੀਂ ਧਾਰਮਿਕ ਚਸ਼ਮਾ ਲਾ ਕੇ ਦੁਨੀਆ ਦੇਖੋਗੇ ਫਿਰ ਨਹੀਂ ਨਾਪੀ ਜਾ ਸਕਦੀ। ਜੇ ਤੁਸੀਂ ਹੋਰ ਜੇ ਸੱਭਿਆਚਾਰ ਦੇ ਹਿਸਾਬ ਨਾਲ ਚੱਲੀਏ ਤਾਂ ਪੰਜਾਬ 'ਚ ਜਿਹੜੀ ਪੰਜਾਬੀ ਸਾਡੀ ਪੰਜਾਬ ਸਾਡਾ ਪੁਰਾਤਨ, ਉਹ 'ਚ 45 ਤੋਂ ਵੱਧ ਤਰ੍ਹਾਂ ਦੇ ਲੋਕ ਨਾਚ ਸੀ ਜਿਹੜੇ ਹੌਲੀ ਹੌਲੀ ਭੇਟ ਚੜ੍ਹ ਗਏ ਧਰਮਾਂ ਜਾਤਾਂ ਦੀ। ਇਹਨਾਂ ਚੀਜ਼ਾਂ ਤੋਂ ਮੈਂ ਵਾਪਸ
ਜੇ ਲੈ ਕੇ ਚੱਲਾਂ, ਇੱਕ ਫਿਲਮ ਆਈ ਸੀ ਹਸ਼ਰ, ਅਤੇ ਹਸ਼ਰ 2 ਦੀ ਐਕਸਪੈਕਟੇਸ਼ਨ ਅਸੀਂ ਕਦੋਂ ਤੱਕ ਰੱਖੀਏ? ਆ ਕਈ ਵਾਰੀ ਕੋਸ਼ਿਸ਼ ਕਰੀਏ, ਬਣਾਉਂਦੇ ਹਾਂ ਹੁਣ, ਫਿਲਮਾਂ ਬਣਾ ਲੈਣੀਆਂ ਹੁਣ ਆਪਾਂ, ਕਿਉਂਕਿ ਅਸੀਂ 5-7 ਸਾਲ ਥੋੜ੍ਹਾ ਜਿਹਾ ਹੋਰ ਕਮੀ ਲੱਗੇ ਰਹੇ ਸੀ, ਉਹ ਪੁਰਾਣੀਆਂ ਯਾਰੀਆਂ ਦੇ ਮੁੱਲ ਤਾਰਦੇ ਰਹੇ ਕਈ ਸਾਲ, ਉਹ ਹੁਣ ਉੱਤਰ ਗਏ, ਹੁਣ ਅਸੀਂ ਵਿਹਲੇ ਹਾਂ ਅਤੇ ਬਣਾ ਦਾਂਗੇ ਹੁਣ ਫਿਲਮਾਂ। ਅਸੀਂ ਇੱਥੋਂ ਸ਼ੁਰੂ ਕਰਾਂਗੇ, ਹਸ਼ਰ ਦਾ ਅਸੀਂ ਪਲੋਟ ਲਿਖਿਆ ਤਾਂ ਹੋਇਆ, ਬਟ ਉਹਦੇ 2 ਨਾਂ ਹੈ, ਜੇ ਹਸ਼ਰ ਰੱਖਦੇ ਹਾਂ ਜਾਂ ਜਿਹੜਾ ਉਹਦਾ ਅਸੀਂ ਆਪਣੇ ਆਪ 'ਚ ਇੱਕ ਨਾਂ ਰੱਖਿਆ, ਉਹ ਵੀ ਉਸ ਕਹਾਣੀ ਨੂੰ ਬਹੁਤ ਢੁੱਕਦਾ, ਉਹ ਇੱਕ ਹਸ਼ਰ ਵੀ ਹੋ ਸਕਦੀ, ਕਿਉਂਕਿ ਹਸ਼ਰ ਜੇ ਅਸੀਂ ਉਹਨੂੰ ਕੈਰੀ ਔਨ ਕਰਦੇ ਹਾਂ ਨਾ, ਥੋੜ੍ਹਾ ਜਿਹਾ ਔਖਾ ਹੋ ਜਾਣਾ, ਦੇਰ ਹੋ ਗਈ 10-12 ਸਾਲ 14 ਹੋ ਗਏ, ਅਤੇ ਉਹਨਾਂ ਕਰੈਕਟਰਾਂ ਨੂੰ ਕਿੱਦਾਂ ਕੈਰੀ ਕਰੋਗੇ, ਇੱਕ ਚੈਲੰਜ ਹੁੰਦਾ। ਉਦੋਂ ਤਾਂ ਕਾਲਜ ਦੀ ਲਾਈਫ ਸੀ, ਹੁਣ ਕਿੱਦਾਂ ਵਿਖਾਵਾਂਗੇ ਉਹਨਾਂ ਨੂੰ, ਪਰੋਵਾਂਗੇ ਕਿੱਦਾਂ, ਉਹ ਇੱਕ ਪ੍ਰੋਬਲਮ ਹੋ ਜਾਂਦੀ ਹੈ, ਅਤੇ ਉਹਦੇ 'ਚ ਤੁਸੀਂ ਕਮਿਟਡ ਹੋ ਜਾਂਦੇ ਹੋ, ਅਤੇ ਲੈਟਸ ਸੀ ਉਹਦੇ ਬਾਰੇ ਸੋਚ ਰਹੇ ਹਾਂ। ਬਟ ਹਸ਼ਰ ਇੱਕ ਐਸਾ ਸ਼ਬਦ ਹੈ, ਇਹ ਕਿਸੇ ਦੀ ਲਾਈਫ 'ਤੇ ਵੀ ਢੁੱਕਦਾ, ਬਿਲਕੁਲ ਇੱਕ ਹੋਰ ਕਹਾਣੀ ਵੀ ਹੋ ਸਕਦੀ ਹੈ, ਜਿੱਦਾਂ ਬਿਕਰਮ ਬੇਤਾਲ 'ਚ ਅਲੱਗ ਅਲੱਗ ਕਹਾਣੀਆਂ, ਸੋ ਲੈਟਸ ਸੀ, ਸਾਨੂੰ ਇੰਤਜ਼ਾਰ ਰਹੇਗਾ। ਮੈਂ ਕਿਹਾ ਅਮਿਤੋਜ ਮਾਨ ਭਾਅ ਜੀ ਨਾਲ ਹਵਾਏ ਆਪਾਂ ਕੀਤੀ ਸੀਗੀ ਜੀ, ਅਤੇ ਉੜਦੀ ਉੜਦੀ ਖਬਰ ਮਿਲੀ ਵੀ ਸੱਚਾ ਸੂਰਮਾ ਉਹਨਾਂ ਦੇ ਨਾਲ ਤੁਸੀਂ ਕੋਈ ਪ੍ਰੋਜੈਕਟ ਹੋਣੀ, ਹੋ ਗਿਆ ਕੰਪਲੀਟ। ਹਾਂ ਜੀ, ਉਹ ਡਬਿੰਗ ਚੱਲਦੀ ਉਹਨਾਂ ਦੀ, ਮੈਂ ਕਰ ਆਇਆ ਸੀ। ਅੱਛਾ ਜੀ, ਬਾਕੀ ਸੱਜਣ ਕਰ ਰਹੇ ਹਾਂ, ਅਤੇ ਬਸ ਉਹਦਾ ਥੋੜ੍ਹਾ ਜਿਹਾ ਵੱਡੀ ਸਕਰੀਨ 'ਤੇ ਆਉਣ ਦਾ ਰਹਿ ਗਿਆ, ਕਿੰਨਾ ਕਰਨਾ ਪਏਗਾ? ਨਹੀਂ ਬਸ ਬੈਕਗਰਾਊਂਡ ਦੇ ਕੰਮ ਰਹਿੰਦਾ, ਮੈਨੂੰ ਲੱਗਦਾ ਹਾਰਡਲੀ 10-12 ਦਿਨ ਦਾ ਕੰਮ ਹੋ ਰਹੂਗਾ। ਇੱਕ ਗਾਣਾ ਸ਼ਾਇਦ ਮੈਨੂੰ ਮਾੜਾ ਜਿਹਾ 2-4 ਦਿਨ ਆਹ ਹੁਣ ਸ਼ੋਅ ਕਰਕੇ ਮੇਰੇ ਕੋਲ ਵਿਹਲੇ ਹਾਂ, 5 ਦਿਨ ਇੱਕ ਉਹਨਾਂ ਨੂੰ ਬੈਕਗਰਾਊਂਡ ਗਾਣਾ ਚਾਹੀਦਾ, ਮੈਂ ਇੱਥੇ ਬਣਾ ਕੇ ਭੇਜ ਦੂੰਗਾ। ਅੱਛਾ, ਬਾਕੀ ਕੰਪਲੀਟ। ਆਸਟ੍ਰੇਲੀਆ ਦੇ ਵਿੱਚ ਕੋਈ ਪੰਜਾਬੀ ਫਿਲਮ ਸ਼ੂਟ ਕਰਨ ਦਾ ਇਰਾਦਾ? ਉਹ ਕਰਦੇ ਹਾਂ ਜੀ, ਹੁਣ ਤੁਸੀਂ ਪੈਸੇ ਪੂਏ ਕੱਢੋ ਫਿਰ ਬਣਾ ਲੈਂਦੇ। ਮੈਂ ਹੁਣ ਹੀ ਤਾਂ ਸੁੱਕੇ ਦੇ ਸਿੱਪੀ ਨੂੰ ਸਭ ਤੋਂ ਪਹਿਲਾਂ ਇਹ ਕਹਿੰਦੇ ਵੀ ਇੱਥੇ ਤੁਹਾਡੀ ਸ਼ੂਟਿੰਗ ਡਾਲਰਾਂ 'ਚ ਨਾ, ਸਾਡੇ ਕੋਲ ਰੁਪਈਏ ਹੈ, ਹੁਣ ਸਾਡੇ ਵਾਲੇ 40-50-60 ਹੋ ਜਾਣੇ, ਤੁਹਾਡਾ 1 ਹੈ, ਤੁਸੀਂ ਕਰੋ ਇਕੱਠੇ। ਮੈਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਕਰਨਾ ਚਾਹਾਂਗਾ ਸੁੱਖਾ ਸਿੰਘ ਅਤੇ ਸਿੱਪੀ ਗਰੇਵਾਲ ਦਾ, ਜਿੰਨਾ ਕਰਕੇ ਅੱਜ ਤੁਹਾਨੂੰ ਬੈਠਣ ਦਾ ਮੌਕਾ ਮਿਲਿਆ, ਸਾਰੇ ਪੁਰਾਣੇ ਸੱਜਣ ਬੈਠਣ ਦਾ ਮੌਕਾ ਮਿਲਿਆ, ਅਤੇ ਉੱਧਰ ਬਿੱਲੂ ਭਾਈ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਜਿਹੜੀ ਬਿੱਲੂ ਪੁਰਾਣਾ ਸੱਜਣ ਹੈ, ਬਿੱਲੂ ਦੇ ਅਸੀਂ ਬਹੁਤ ਰੋਟੀ ਖਾਧੀ ਹੈ ਪਹਿਲਾਂ ਵੀ ਜਦੋਂ ਆਉਂਦੇ ਹੁੰਦੇ ਸੀ, ਅਤੇ ਕੱਲ੍ਹ ਉੱਥੇ ਮੁਲਾਕਾਤ ਕਰਨ ਦੇ ਇੰਤਜ਼ਾਰ 'ਚ ਰਵਾਂਗੇ। ਆਸਟ੍ਰੇਲੀਆ ਦਾ ਸ਼ੂਟ ਦਾ ਜਦੋਂ ਵੀ ਪਲਾਨ ਹੋਏਗਾ, ਤੁਸੀਂ ਪੈਸੇ ਇਕੱਠੇ ਕਰੋ, ਅਸੀਂ ਗੱਲ ਕਰ ਦਿੰਦੇ ਹਾਂ ਯਾਰ, ਤੂੰ ਕੋਈ ਗੱਲ 'ਤੇ ਆਉਂਦਾ ਨਹੀਂ ਹੈ ਪਤੰਦਰਾ, ਆ ਜਾ ਅਸੀਂ ਆ ਜਾਂਦੇ ਹਾਂ, ਸਵੇਰੇ ਬੁਲਾ ਲੈਣਾ ਕੈਮਰੇ ਵਾਲੇ, ਕਿਆ ਹੋ। ਚਲੋ ਮੈਂ ਇਹਦੀ ਸ਼ੁਰੂਆਤ ਕਰਕੇ ਇਹਨਾਂ ਦੇ ਕੰਨਾਂ ਦੇ ਵਿੱਚੋਂ ਕੱਢਣੀ ਸ਼ੁਰੂ ਕਰਦਾ ਵੀ ਤਿਲ ਫੁੱਲ ਅਸੀਂ ਵੀ ਪਾ ਕੇ ਸ਼ੁਰੂ ਕੀਤਾ ਜਾਵੇ। ਬੱਬੂ ਮਾਨ ਨੂੰ ਦੇਖਣ ਦੀ ਆਸਟ੍ਰੇਲੀਆ ਦੇ ਵਿੱਚ ਲਾਈਵ ਸ਼ੂਟਿੰਗ ਦੀ ਬੜੀ ਚਾਹਤ ਰਹੇਗੀ। ਅਸੀਂ ਐਕਸ਼ਨ ਫਿਲਮ ਸੋਚੀ ਹੋ ਰਹੀ, ਅਸੀਂ ਕਰਦਾਂਗੇ ਸ਼ੁਰੂ। ਚਲੋ ਮੈਂ ਸ਼ੁਕਲ ਕਰਦਾ, ਬਟ ਸਾਡੀ ਟੀਮ ਦੇ ਵੀਜ਼ੇ ਪਾਏ ਹੋਏ ਆ ਮੈਨੂੰ ਲੱਗਦਾ 25 ਬੰਦਿਆਂ ਨੇ। ਅੱਛਾ ਜੀ, ਉਹ 5-4 ਦਿਨ 'ਚ ਉਹਨਾਂ ਦਾ ਵੀਜ਼ਾ ਆ ਗਿਆ ਤਾਂ ਉਹ ਚੜ੍ਹੇ ਆਉਣਗੇ। ਪਰਫੈਕਟ ਪਰਫੈਕਟ। ਆਸਟ੍ਰੇਲੀਆ ਦਾ ਟੂਰ ਕਿਵੇਂ ਚੱਲ ਰਿਹਾ? ਮੈਲਬਨ ਦੇ ਵਿੱਚ ਮੈਂ ਦੇਖਿਆ ਪੂਰੀ ਚੜ੍ਹਾਈ ਸੀ। ਸਦਾ ਦਿਵਾਲੀ ਸਾਧ ਦੀ ਅੱਠੇ ਪੈਰ ਬਸੰਤ, ਕੁਦਰਤ ਜਿਹੜੇ ਰੰਗ 'ਚ ਰੱਖਦੀ ਹੈ, ਬਸ ਖੁਸ਼ ਰਹੋ, 2 ਟਾਈਮ ਰੋਟੀ ਵਧੀਆ ਖਾਓ, ਚੰਗਾ ਬੋਲੋ, ਚੰਗੇ ਲੋਕਾਂ ਨੂੰ ਮਿਲੋ। ਔਰ ਮੇਰੀ ਤਾਂ ਦੁਨੀਆ ਬੜੀ ਖੂਬਸੂਰਤ ਹੈ, ਮੇਰੇ ਚਾਹੁਣ ਵਾਲੇ ਮੇਰੇ ਵਰਗੇ, ਮੇਰੇ ਅੰਦਰ ਕੋਈ ਆਕਾਂਕਸ਼ਾ ਨਹੀਂ ਵੀ ਮੈਨੂੰ ਕੋਈ ਚੀਨ ਵਾਲਾ ਸੁਣੇ, ਮੈਂ ਪੰਜਾਬੀਆਂ ਲਈ ਗਾਉਂਦਾ ਅਤੇ ਇਹੀ ਸੁਣ ਲੈਣ ਬਹੁਤ ਹੈ। ਸੁੱਖਾ ਸਿੰਘ, ਸਿੱਪੀ ਗਰੇਵਾਲ, ਬੰਟੀ ਪਟਿਆਲਵੀ, ਸਰਪੰਚ ਜੀ, ਬਿੱਲੂ ਜੀ, ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਇਸ ਕਰਕੇ ਵਾਰ ਵਾਰ ਕਰਨਾ ਚਾਹੁੰਦਾ ਕਿਉਂਕਿ ਇਹ ਬੇਸਿਕਲੀ ਉਹ ਗਰੁੱਪ ਹੈਗਾ ਵੀ ਜਿਨ੍ਹਾਂ ਕਰਕੇ ਇਹ ਚੀਜ਼ਾਂ ਅੱਗੇ ਤੋਂ ਅੱਗੇ ਚੱਲਦੀਆਂ ਚਲੀਆਂ ਜਾ ਰਹੀਆਂ। ਸਿਡਨੀ ਦੇ ਵਿੱਚ ਆਪਣਾ ਸ਼ੋਅ ਹੋਣ ਜਾ ਰਿਹਾ 3 ਅਗਸਤ ਨੂੰ ਹਿੱਲ ਸੌਂਗ ਕਨਵੈਨਸ਼ਨ ਸੈਂਟਰ, 7 ਵਜੇ ਇਹਨਾਂ ਦਾ ਪਲਾਨ ਹੈਗਾ, 7:30 ਹਾਂ ਇਹਦੇ ਵਿੱਚ ਵਾਲੇ ਆ ਜਾਊਗਾ। ਹਾਂ, ਅਤੇ ਟਿਕਟਸ ਅਵੇਲੇਬਲ ਹੈਗੀਆਂ drytickets.com.au ਤੋਂ। ਅਤੇ ਮੈਂ ਇਹ ਚਾਹਾਂਗਾ ਜਾਣ ਤੋਂ ਪਹਿਲਾਂ ਤੁਹਾਡੇ ਵੱਲੋਂ ਆ ਜਾਓ, ਆ ਜਾਣਾ, ਸਾਰੇ ਆਪਣੇ ਵਾਲਿਆਂ ਨੇ ਆ ਜਾਣਾ, ਚਿੰਤਾ ਨਾ ਕਰੋ।
ਜੇ ਮੇਰੇ ਕੋਲ ਬੱਬੂ ਮਾਨ ਬੈਠਾ ਹੋਵੇ ਤੇ ਮੈਂ ਆਪਣਾ ਇਹ ਨਾ ਕਹਾਂ ਵੀ ਦੋ ਲਾਈਨਾਂ ਸਾਹਮਣੇ ਬੈਠ ਕੇ ਸੁਣ ਕੇ ਗਾਉਣ, ਇਹ ਪ੍ਰੋਬਲਮ ਫਸ ਜਾਣਾ ਕੁੱਤਾ ਆਪਣਾ, ਮੈਂ ਫਿਰ ਗੱਲਾਂ 'ਚ ਲਾ ਲੈਣਾ ਤੁਹਾਨੂੰ, ਉੱਥੇ ਸੁਣਾਊਂਗਾ, ਉੱਥੇ ਸੁਣਾਵਾਂਗੇ, ਸਾਨੂੰ ਇੰਤਜ਼ਾਰ ਰਹੇਗਾ ਅਤੇ ਮੈਂ ਲੁੱਕ ਫੋਰਵਰਡ ਟੂ ਸੀ ਈਚ ਐਂਡ ਐਵਰੀਬਡੀ ਆਫ ਯੂ ਪੰਜਾਬੀ, ਜਿੰਨੇ ਵੀ ਸਿਡਨੀ ਦੇ ਆਸੇ ਪਾਸੇ ਵੱਸਦੇ ਆ, ਇੱਕ ਵਾਰੀ ਮਿੱਤਰਾਂ ਦੀ ਛੱਤਰੀ 'ਤੇ ਚੜ੍ਹ ਕੇ ਜ਼ਰੂਰ ਆਉਣਾ। ਅੱਜ ਮੈਂ ਕੀਤੀ ਬੱਬੂ ਮਾਨ ਨਾਲ ਗੱਲ, ਸੁਣਾਂਗੇ ਇਹਨਾਂ ਦੇ ਪਿਆਰੇ ਪਿਆਰੇ 3 ਅਗਸਤ ਨੂੰ ਹਿੱਲ ਸੌਂਗ ਕਨਵੈਨਸ਼ਨ ਸੈਂਟਰ ਵਿੱਚ ਗੀਤ, ਅਤੇ ਮੈਂ ਤੁਹਾਡਾ ਨਵਨੀਤ ਮਾਨ ਸਾਹਿਬ, ਥੈਂਕ ਯੂ ਸੋ ਮੱਚ। Fiji Times, be with the times.